उदासी आश्रम डेरा बाबा मंडाला जी कालावाली मंडी जिला सिरसा हरियाणा विखे ब्रह्मलीन बाबा चरणदास जी की 17वीं का भंडारा अस्थान के मौजूदा गद्दी नशीन महंत देवादास जी देखरेख हेठ बहुत ही शरद ना मनाया गया। इस मौके विशाल हवन जग होया जिस में सारे ने पूर्ण होतियां पा के अपना जीवन सफल किया। ਸਮਾਗਮਾਂ ਮੌਕੇ ਅਰੰਭੇ ਸ਼੍ਰੀ ਚੰਦਰ ਸਿਧਾਂਤ ਸਾਗਰ ਪਾਠਾਂ ਦੇ ਭੋਗ ਪਾਏ ਗਏ। ਮਹਾਮੰਡਲੇਸ਼ਵਰ ਸਵਾਮੀ ਮਹੇਸ਼ਾਨੰਦ ਜੀ, ਮਹੰਤ ਸ਼ਾਂਤਾਨੰਦ ਜੀ ਬੀਰੋਕੇ, ਮਹੰਤ ਮੱਕਰਦਾਸ ਜੀ ਮਹਿਲਾ ਚੌਂਕ, ਮਹੰਤ ਬਲਦੇਵਦਾਸ ਜੀ ਸੁਖਣਾ, ਮਹੰਤ ਸ਼ਿਵਾਨੰਦ ਜੀ ਕਿਓਲ ਨੇ ਕਥਾ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਹਮਾਰੇ ਇਸ ਭੇਖ ਭਗਵਾਨ ਕੇ ਜੋ ਉਦਾਸੀਨ ਭੇਖ ਭਗਵਾਨ ਹੈ ਉਸਕੇ ਬਾਬਾ ਚਰਨਦਾਸ ਜੀ ਭੂਸ਼ਣ ਥੇ, निर्वाण रूप में सारा जीवन रहे। ये उदासीन भेख भगवान, उदासीन शब्द का अर्थ होता है उत ब्रह्म आसीन, उसमें बैठा हुआ, ब्रह्म में बैठा हुआ, ब्रह्म स्थित, ब्रह्मनिष्ठ, या साधारण शब्दों में कहें ब्रह्म ज्ञानी। बाबा चरणदास जी महाराज उन्होंने 17वीं के निमित्त जिते साढ़े उदासीन भेख ਅਤੇ ਖਰਦਰ ਸਾਧੂ ਸਮਾਜ ਇਕੱਤਰ ਹੋਏ ਹੈ, ਉੱਥੇ ਇਲਾਕੇ ਦੇ ਇਸ ਨਗਰ ਦੇ ਪਤਵੰਤੇ ਸੱਜਣ ਮਾਤਾ ਭੈਣਾਂ ਵੀਰ ਸਾਰੇ ਆਪਾਂ ਉਹਨਾਂ ਮਹਾਂਪੁਰਸ਼ਾਂ ਨੂੰ ਸ਼ਰਧਾਂਜਲੀ ਅਤੇ ਪੁਸ਼ਪਾਂਜਲੀ ਅਰਪਣ ਕਰਨ ਵਾਸਤੇ ਇਕੱਤਰ ਹੋਏ ਹਾਂ। ਸੱਜਣੋ, ਪਹਿਲਾਂ ਤਾਂ ਉਹ ਸੰਤ, ਉਹ ਇਨਸਾਨ ਲੰਮੀ ਆਯੂ ਭੋਗ ਸਕਦਾ ਜਿਹਨੇ ਆਪਣੇ ਜੀਵਨ ਦੇ ਵਿੱਚ ਬ੍ਰਹਮਚਾਰੀ ਦਾ ਪਾਲਣ ਕੀਤਾ ਹੋਵੇ, ਜਿਹੜਾ ਭਜਨ ਬੰਦਗੀ ਸਿਮਰਨ ਦੇ ਨਾਲ ਜਿਹਨੇ ਆਪਣੀ ਜ਼ਿੰਦਗੀ ਆਪਣੀ ਲਿਵ ਲਾਈ ਹੋਵੇ, ਜਿਨ੍ਹਾਂ ਨੇ ਸਾਰੀ ਉਮਰ ਆਪਣੇ ਇਸ ਮੰਡਾਲਾ ਸਾਹਿਬ ਦੇ ਪਾਵਨ ਸਥਾਨ 'ਤੇ ਜਪ ਤਪ ਭਜਨ ਕੀਤਾ ਬੈਠ ਕੇ, ਔਰ ਗੁਰੂ ਪਿਆਰਿਓ ਉਹ ਸਮਾਂ ਆਇਆ ਪਰਮ ਪਿਤਾ ਪਰਮਾਤਮਾ ਦਾ, ਉਸ ਸਮੇਂ ਨੂੰ ਮਹਾਂਪੁਰਸ਼ਾਂ ਦਾ ਫਰਮਾਨ ਹੈ, ਮਰਨਾ ਸੱਚ ਹੈ ਜੀਣਾ ਝੂਠ ਹੈ। ਸਵਾਮੀ ਮਹਾਰਾਜ ਜੋ ਵੀ ਸਾਧੂ ਸੰਤ ਫਕੀਰ ਨਾਮ ਜਪਣ ਵਾਲੇ ਉਹ ਕਦੇ ਵੀ ਮੋਇਆ ਨਹੀਂ ਕਰਦੇ, ਉਹ ਆਪਣੀ ਆਤਮਾ ਕਰਕੇ ਸਦਾ ਹੀ ਅਮਰ ਹੁੰਦੇ ਹਨ। ਕਬੀਰ ਸੰਤ ਮੋਏ ਕਿਆ ਰੋਈਆ ਜੋ ਆਪਣਾ ਗ੍ਰਹਿ ਜਾਏ, ਰੋਵੋ ਸਾਕ ਤੋਂ ਵਾਪਰੇ ਜੋ ਹਟ ਹੈ ਹਾਟ ਵੀ ਕਾਏ। ਭੋਗ ਪੈਣ ਉਪਰੰਤ ਆਰਤੀ ਵੀ ਕੀਤੀ ਗਈ ਜਿਸ ਵਿੱਚ ਸਾਰੀਆਂ ਸੰਗਤਾਂ ਨੇ ਹਾਜ਼ਰੀ ਲਗਵਾਈ। ਪਤਰਾਂ ਨੂੰ ਉਤਾਰਦਾ,
ਇਸ ਮੌਕੇ ਸ੍ਰੀ ਮਾਨ ਸੰਤ ਬਾਬਾ ਅਵਤਾਰ ਦਾਸ ਜੀ ਨੱਥੂਪੁਰ ਵਾਲੇ, ਮਹੰਤ ਧਰਮਦਾਸ ਜੀ ਦੀਨਾ ਨਗਰ, ਮਹੰਤ ਗਿਆਨ ਸਰੂਪ ਜੀ ਗੁਰੂਸਰ, ਮਹੰਤ ਕੇਵਲਦਾਸ ਜੀ ਡੇਰਾ ਹਕਤਾਲਾ ਸਰਦੂਲਗੜ੍ਹ, ਮਹੰਤ ਚਰਨਦਾਸ ਜੀ ਹੱਸੂ, ਮਹੰਤ ਵਾਸੂਦੇਵ ਜੀ ਕਰਨਪੁਰ, ਮਹੰਤ ਦਰਬਾਰਾ ਦਾਸ ਜੀ ਰਾਮਾ, ਮਹੰਤ ਮਧੂਸੂਦਨ ਚੱਠਾ, ਮਹੰਤ ਰਮੇਸ਼ਵਰ ਮੁਨੀ ਜੀ ਸ਼ਾਸਤਰੀ ਵਧਾਤਾ, ਮਹੰਤ ਅਮਰਦਾਸ ਜੀ ਕੋਟਫੱਤਾ, ਮਹੰਤ ਚੰਦਰਮਾ ਦਾਸ ਜੀ ਆਲਿਕੇ, ਮਹੰਤ ਪ੍ਰਕਾਸ਼ ਮੁਨੀ ਜੀ ਪੰਨੀਵਾਲਾ, ਮਹੰਤ ਵਕੀਲਦਾਸ ਜੀ ਮਿੱਠੜੀ, ਮਹੰਤ ਭੂਮਾਨਾਥ ਜੀ ਰਾਪੁਰ, ਮਹੰਤ ਰਮੇਸ਼ ਮੁਨੀ ਜੀ ਤਲਵੰਡੀ, ਮਹੰਤ ਬਲਦੇਵਦਾਸ ਜੀ ਸੁਖਣਾ, ਮਹੰਤ ਰਾਮਦਾਸ ਜੀ ਨਮੋਲ, ਮਹੰਤ ਰਵੀ ਪ੍ਰਕਾਸ਼ ਜੀ ਕੋਟਦੁੰਨਾ, ਮਹੰਤ ਭਰਪੂਰਦਾਸ ਜੀ ਮਲਕਾਣਾ, ਮਹੰਤ ਅੰਮ੍ਰਿਤ ਮੁਨੀ ਜੀ ਮਾਨਸਾ, ਮਹੰਤ ਵਿਵੇਕਾਨੰਦ ਜੀ ਜੱਸੀ ਪਹੁਵਾਲੀ, ਮਹੰਤ ਬੂਟਾ ਦਾਸ ਜੀ ਟਾਹਲੀਆਂ, ਮਹੰਤ ਦਰਸ਼ਨ ਮੁਨੀ ਜੀ ਭੀਖੀ, ਮਹੰਤ ਲਖਵਿੰਦਰ ਦਾਸ ਜੀ ਖੀਵਾ, ਮਹੰਤ ਬਾਲਕ ਰਾਮ ਜੀ ਬੀਰੋਕੇ, ਮਹੰਤ ਮੁਰਾਰੀ ਦਾਸ ਜੀ ਸੱਦੋਵਾਲ, ਮਹੰਤ ਨਿਰਮਲ ਦਾਸ ਜੀ ਲੋਪੋ, ਮਹੰਤ ਲਛਮਣ ਦਾਸ ਜੀ ਰਾਓਕੇ, ਮਹੰਤ ਭੀਮ ਦਾਸ ਜੀ ਮਾਹੀ ਨੰਗਲ, ਮਹੰਤ ਗਿਆਨ ਦਾਸ ਜੀ ਜੱਜਲ ਵੀ ਹਾਜ਼ਰ ਸਨ। ਸਾਡੇ ਰਿਪੋਰਟਰ ਗੌਰਵ ਕਸ਼ੇਪਰ ਨਾਲ ਗੱਲਬਾਤ ਕਰਦੇ ਹਾਂ। ਮਹੰਤ ਗਿਆਨ ਸਰੂਪ ਜੀ ਗੁਰੂਸਰ, ਮਹੰਤ ਚਰਨਦਾਸ ਜੀ ਹੱਸੂ, ਮਹੰਤ ਦੇਵਾਦਾਸ ਜੀ ਮੰਡਾਲਾ ਅਤੇ ਸਮੂਹ ਸੇਵਾਦਾਰਾਂ ਨੇ ਆਪਣੇ ਵਿਚਾਰ ਰੱਖੇ। ਇਹ ਡੇਰਾ ਬਾਬਾ ਮੰਡਾਲਾ ਵਿਖੇ ਜਿਹੜਾ ਕਿ ਕਾਲਾਂ ਵਾਲੀ ਮੰਡੀ ਤੋਂ ਔਡਾ ਰੋਡ ਦੇ ਉੱਤੇ ਡੇਰਾ ਸਥਿਤ ਹੈ, ਜ਼ਿਲ੍ਹਾ ਸਰਸਾ ਵਿਖੇ, ਇੱਥੇ ਅੱਜ ਜਿਹੜਾ ਪ੍ਰੋਗਰਾਮ ਸਮਾਗਮ ਹੋਇਆ ਸ਼੍ਰੀ ਮਾਨ ਸ਼੍ਰੀ ਬਾਬਾ ਚਰਨਦਾਸ ਜੀ, ਜਿਹੜੇ ਕਿ 105 ਸਾਲ ਦੀ ਆਜੂ ਭੋਗਦੇ ਹੋਏ ਜਿਨ੍ਹਾਂ ਨੇ ਇੱਥੇ ਭਗਤੀ ਕੀਤੀ, ਬੜਾ ਸਿਮਰਨ ਕੀਤਾ, ਉਹਨਾਂ ਦੀ ਯਾਦ ਦੇ ਵਿੱਚ ਸਮੁੱਚਾ ਇਹ ਪ੍ਰੋਗਰਾਮ ਕੀਤਾ ਗਿਆ। ਇਸ ਡੇਰੇ ਦੇ ਜਿਹੜੇ ਪ੍ਰਬੰਧਕ ਨੇ ਸ਼੍ਰੀ ਮਾਨ ਸੰਤ ਬਾਬਾ ਦੇਵਾਦਾਸ ਜੀ ਕਰ ਰਹੇ ਨੇ, ਅਤੇ ਉਹਨਾਂ ਦੇ ਇਲਾਕੇ ਦੇ ਵਿੱਚ ਬੜਾ ਪ੍ਰੇਮ ਹੈ ਅਤੇ ਸਾਰੇ ਇਲਾਕੇ ਦੇ ਸੰਯੋਗ ਦੇ ਨਾਲ ਜਿਹੜਾ ਇਹ ਅੱਜ ਦਾ ਪ੍ਰੋਗਰਾਮ ਇੱਥੇ ਕੀਤਾ ਗਿਆ। ਅਸੀਂ ਸਮੂਹ ਸੰਗਤਾਂ ਦਾ ਡੇਰਾ ਬਾਬਾ ਮੰਡਿਆਲਾ ਜੀ ਵੱਲੋਂ, ਪਿੰਡ ਕਾਲਾਂ ਵਾਲੀ ਵੱਲੋਂ, ਚਕੇਰੀਆਂ ਨਗਰ, ਹੋਰ ਵੀ ਆਸੇ ਪਾਸੇ ਦੇ ਨਗਰਾਂ ਵੱਲੋਂ ਜਿੰਨੀਆਂ ਵੀ ਇੱਥੇ ਸੰਗਤਾਂ ਪਹੁੰਚੀਆਂ ਹਨ ਉਹਨਾਂ ਦਾ ਧੰਨਵਾਦ ਕਰਦੇ ਹਾਂ। ਸੰਚਾਲਕ ਮਹਾਨ ਦੇਵਾਦਾਸ ਜੀ NSS ਵਾਸਦੇਵ ਜੀ ਸਮੂਹ ਉਦਾਸੀਨ ਭੇਖ ਵੱਲੋਂ, ਜੋ ਕਿ ਪੂਜਨੀਕ ਸਾਡੇ ਮਹਾਰਾਜ ਬਾਬਾ ਚਰਨਦਾਸ ਜੀ ਦੀ 17 'ਤੇ ਸਾਲਾਨਾ ਸਮਾਗਮ ਨਗਰ ਦੇ ਇਲਾਕੇ ਦੇ ਨਿਵਾਸੀਆਂ ਦੇ ਸਹਿਯੋਗ ਨਾਲ ਅਤੇ ਸਮੂਹ ਭੇਖ ਦੇ ਸੰਯੋਗ ਦੇ ਨਾਲ ਧੂਮਧਾਮ ਨਾਲ ਮਨਾਇਆ ਗਿਆ ਹੈ। ਮੈਂ ਆਪਣੇ ਵੱਲੋਂ ਅਤੇ ਮਹੰਤ ਦੇਵਾਦਾਸ ਜੀ ਵੱਲੋਂ, ਡੇਰਾ ਮੰਡਾਲਾ ਵੱਲੋਂ ਸਾਰੀਆਂ ਸੰਗਤਾਂ ਨੂੰ ਜਿੰਨੀਆਂ ਵੀ ਇੱਥੇ ਪਹੁੰਚੀਆਂ ਜੀਆਂ ਕਹਿੰਦੇ ਹਾਂ। ਇਸ ਤਰ੍ਹਾਂ ਇਸ ਸਥਾਨ ਦੇ ਉੱਤੇ ਜੋੜ ਮੇਲੇ ਹੁੰਦੇ ਰਹਿਣ, ਬਾਬਾ ਮੰਡਾਲਾ ਜੀ ਕਿਰਪਾ ਰੱਖੇ ਨਗਰ ਦੇ ਵਿੱਚ, ਇਲਾਕੇ ਵਿੱਚ, ਭੇਖ ਭਗਵਾਨ ਦੇ ਉੱਤੇ। ਡੇਰਾ ਬਾਬਾ ਮੰਡਾਲਾ ਜੋ ਬਾਬਾ ਚਰਨਦਾਸ ਜੀ ਤਪੱਸੀ ਪੂਜਨੀਕ ਤਪੱਸਿਆ ਕਰੀ ਹੈ, ਉਹਨਾਂ ਦੀ ਅੱਜ 105 ਸਾਲ ਦੀ ਸੀ, ਉਹਦੀ ਨਿਮਿੱਤ ਇਲਾਕਾ ਨਿਵਾਸੀਆਂ ਵੱਲੋਂ ਉਹਨੇ ਨਿਮਿੱਤ ਸਿੰਧਾ ਸਾਗਰ ਦਾ ਪਾਠ, ਗੜ ਪਾਠ ਦਾ ਪਾਠ ਉਹਦੇ ਨਿਮਿੱਤ ਕਰਿਆ ਗਿਆ ਹੈ। ਬਹੁਤ ਦੂਰੋਂ ਸੰਗਤ ਮਹਾਂਪੁਰਸ਼ ਪੰਜਾਬ, ਹਰਿਆਣਾ, ਰਾਜਸਥਾਨ 'ਚੋਂ ਬਹੁਤ ਸੰਗਤ ਪਹੁੰਚੀ ਹੈ। ਸਾਰੀ ਸੰਗਤ ਨੂੰ ਜੀਆ ਕਿਹਾ ਜਾਂਦਾ ਹੈ। ਬੀਬੀਆਂ ਵੱਲੋਂ ਤਿਆਰ ਕੀਤਾ ਗਿਆ ਭੰਡਾਰਾ ਸਾਰੇ ਮਹਾਂਪੁਰਸ਼ਾਂ ਅਤੇ ਸੰਗਤਾਂ ਨੇ ਇਕੱਠੇ ਬਣ ਕੇ ਛਕਿਆ ਅਤੇ ਆਏ ਮਹਾਂਪੁਰਸ਼ਾਂ ਦੀ ਪੰਗਤ ਪੂਜਾ ਵੀ ਕੀਤੀ ਗਈ। ਤਾਰੂ ਬੰਦੇ ਆ ਜਿਹੜਾ ਪਾਣੀ ਉੱਤੇ ਪੱਤ
ਲਈ ਸੰਪਰਕ ਕਰੋ ਗੌਰਵ ਗਰਗ ਸ਼ੇਰਪੁਰ ਮੋਬਾਈਲ 94170-36301 ਅਤੇ 98141-36301 94170-36301 ਅਤੇ 98141-36